ਓਏ ਭਰਾਵੋ ਓਏ ਭਰਾਵੋ ਓਏ ਤੁਸੀਂ ਬੜੇ ਕੀਮਤੀ ਵੋਟਾਂ ਦੇ ਮਾਲਕ ਹੋ ਇਸ ਵਾਸਤੇ ਲੁੱਚਾਂ ਤੇ ਲਫੰਗਿਆਂ ਤੋਂ ਬਚ ਕੇ ਵੋਟ ਪਾਇਓ ਇਹ ਵੋਟਾਂ ਦੇ ਦਿਨਾਂ ਵਿੱਚ ਇਹ ਲੋਕ ਜਿਹੜੇ ਹੁੰਦੇ ਆ ਇਹ ਗਲੇ ਨੂੰ ਵੀ ਪਿਓ ਬਣਾ ਲੈਂਦੇ ਆ ਤੇ ਤੁਸੀਂ ਫਿਰ ਵੀ ਬੰਦੇ ਹੋ ਤੇ ਲੱਗਦੇ ਬੜੇ ਚੰਗੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਜੈਲਾ ਜਿਹਨੇ ਸਾਰੇ ਪਿੰਡ 'ਚ ਅੰਨੀ ਪਾਈ ਹੋਈ ਹੈ ਤੇ ਜਿਹੜਾ ਧੀਆਂ ਤੇ ਭੈਣਾਂ ਦੇ ਉੱਤੇ ਲਾਲਚ ਦਿੰਦਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਇਹਨੂੰ ਵੋਟ ਨਹੀਂ ਪਾਵਾਂਗੇ ਤਾਂ ਅਸੀਂ ਇਹਨੂੰ ਸਰਪੰਚ ਨਹੀਂ ਬਣ ਦੇਵਾਂਗੇ ਚਾਹੇ ਸਾਰੀ ਜਾਨ ਨਿਕਲ ਜੇ ਪਰ ਇੱਕ ਗੱਲ ਜ਼ਰੂਰ ਹੈ ਗਲਤੀਆਂ ਹਰੇਕ ਤੋਂ ਹੋ ਜਾਂਦੀਆਂ ਫਿਰ ਵੀ ਪੁਰਾਣਾ ਬੰਦਾ ਹੈ ਇਸ ਵਾਸਤੇ ਵੋਟ ਮੇਰਾ ਖਿਆਲ ਹੈ ਜੈਲੇ ਵੀ ਪਾਓ ਪਰ ਹਾਂ ਆਪਦੀਆਂ ਤੀਵੀਆਂ ਦੀਆਂ ਵੋਟਾਂ ਕਦੇ ਨਾ ਪੈਣ ਦਿਓ ਚਾਹੇ ਕੁਛ ਕਰ ਲਿਓ ਹਾਂ ਪਰ ਇੱਕ ਗੱਲ ਹੋਰ ਹੈ ਉਹ ਕਮਲਿਓ ਵੀ ਜੇ ਤੀਵੀਆਂ ਦੀਆਂ ਵੋਟਾਂ ਨੂੰ ਪਵਾ ਦਿਓਗੇ ਜੈਲੇ ਨੂੰ ਤੇ ਫਿਰ ਥੋੜੀ ਟੰਗ ਦੁਖਦੀ ਹੈ ਵੀ ਜਦੋਂ ਆਪਦੀਆਂ ਵੋਟਾਂ ਪਾਓਗੇ ਹੀ ਤੇ ਫਿਰ ਤੀਵੀਆਂ ਦੀਆਂ ਪਾ ਦਿਓ ਪਰ ਹਾਂ ਨਵੇਂ ਵੋਟ ਨਾ ਪੈਣ ਦਿਓ ਸਿੱਧੀ ਗੱਲ ਹੈ ਉਹ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ ਵੀ ਜਦੋਂ ਤੁਸੀਂ ਆਪਦੀਆਂ ਵੋਟਾਂ ਪਾਓਗੇ ਤੇ ਤੀਵੀਆਂ ਦੀਆਂ ਵੋਟਾਂ ਪਵਾਓਗੇ ਤੇ ਨਵੀਆਂ ਵੀ ਨਾਲ ਨਾਲ ਪਾ ਦਿਓ ਆਸਾਨ ਪੂਰਾ ਕਰੋ ਜੇ ਕਰਦੇ ਹੋ ਪਰ ਹਾਂ ਵੈਸੇ ਮਦਦ ਨਾ ਕਰੋ ਉਹ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ ਵੀ ਜੇ ਮਦਦ ਕਰਨ ਲੱਗੇ ਹੋ ਤਾਂ ਸਮਾਰ ਕੇ ਮਦਦ ਕਰੋ ਤੇ ਅਗਲੇ ਨੂੰ ਕਾਮਯਾਬ ਬਣਾਓ ਜੈਲੇ ਨੂੰ ਜੇ ਕੋਈ ਨਵਾਂ ਬੰਦਾ ਆ ਗਿਆ ਤਾਂ ਆਪਣਾ ਝੂਮਰ ਕੱਢ ਕੇ ਰੱਖ ਦੂ ਤੁਹਾਨੂੰ ਮੈਂ ਦੱਸਦਾ ਪਹਿਲਾਂ ਤਾਂ ਤੂੰ ਕਹਿੰਦਾ ਸੀ ਜੈਲੇ ਨੂੰ ਇੱਕ ਵੀ ਵੋਟ ਨਹੀਂ ਦੇਣੀ ਹੁਣ ਕਹਿੰਦਾ ਸਾਰੀਆਂ ਹੀ ਵੋਟਾਂ ਦੇ ਦਿਓ ਓਏ ਪਹਿਲਾਂ ਗੱਲ ਹੋਰ ਸੀ ਹੁਣ ਗੱਲ ਹੋਰ ਹੈ ਇਹ ਜ਼ਮਾਨਾ ਮਿੰਟ ਮਿੰਟ ਦੇ ਬਲਦਾ ਘੰਟੇ ਘੰਟੇ ਬਲਦਾ ਜੇ ਤੁਸੀਂ ਜ਼ਮਾਨੇ ਦੇ ਨਾਲ ਨਾ ਚੱਲੋਗੇ ਤਾਂ ਕਾਮਯਾਬ ਕਿਵੇਂ ਹੋਵੋਗੇ ਇਹ ਤਾਂ ਠੀਕ ਹੈ ਤੇ ਹੁਣ ਕਿਵੇਂ ਸਮਝ ਆ ਗਈ ਹੁਣ ਤੁਸੀਂ ਐ ਕਰੋ ਜਾਓ ਤੇ ਮੇਰੇ ਘਰ ਨਾ ਖਾਓ ਜਾਓ ਜਾਓ ਗੱਲ ਨਹੀਂ ਬਖਾਰ